ਜਦੋਂ ਕੈਪਟਨ ਸਾਹਿਬ ਦੀ ਪਾਵਰ 'ਚ ਸੀਗੇ ਤਾਂ ਕੈਪਟਨ ਸਾਹਿਬ ਨਾਲ ਸੀਗੇ, ਠੀਕ ਆ, ਜਦੋਂ ਕੈਪਟਨ ਸਾਹਿਬ ਚਲੇ ਗਏ ਤਾਂ ਦੂਜੇ ਪਾਸੇ ਆ ਗਏ, ਠੀਕ ਹੈ, ਟਿਕਟਾਂ ਦੇ ਲਈ। ਅੱਜ ਇਹ ਹਾਰ ਗਏ ਤਾਂ ਪਾਰਟੀ ਨੂੰ ਕਹਿਣ ਲੱਗ ਗਏ, ਦੱਸੋ ਫਿਰ ਕਿਹੜੇ ਕੇਮੇ ਦੇ ਹੋਏ ਇਹ। ਵੀ ਤੁਸੀਂ ਸੁਜੈਸ਼ਨ ਨਾ ਦਿਓ, ਤੁਸੀਂ ਸਭ ਤੋਂ ਪਹਿਲਾਂ ਆਪਣੀ ਹਾਰ ਮੰਨੋ ਕਿ ਵੀ ਸਾਡੇ ਕਾਰਨਾਂ ਕਰਕੇ ਹਾਰ ਹੋਈ ਹੈ, ਪਾਰਟੀ ਜਾਂ ਕਿਸੇ ਹੋਰ ਕਰਕੇ ਨਹੀਂ, ਭਾਅ ਹੋਰ ਬੰਦੇ ਦਾ ਹੋਰ ਰੋਲ ਹੈਗਾ। ਕਿੱਡੀ ਕੁ ਵੱਡੀ ਗੱਲ ਸੀਗੀ ਇੱਕ ਕੈਬਨਿਟ ਮੰਤਰੀ ਵਾਸਤੇ 5 ਸਾਲਾਂ 'ਚ ਇੱਕ ਸੜਕ ਦਾ ਮਸਲਾ, ਉਹਨੂੰ ਥੋੜ੍ਹੇ ਥੋੜ੍ਹੇ ਪੈਚਿਸ ਕਰ ਲੈਂਦੇ, ਕੀ ਜ਼ਰੂਰਤ ਸੀਗੀ ਸਾਰੀ ਉਹਨੂੰ ਇਕੱਠਾ ਕਰਕੇ ਇੱਕਦਮ ਡਿਸਟਰੋਏ ਕਰਨ ਦੀ। ਠੀਕ, ਸਿੱਧੂ ਸਾਹਿਬ ਨੇ ਤੁਸੀਂ ਆਪ ਜਿਹੜੀ ਪ੍ਰਾਈਵੇਟ ਲਿਮਿਟਡ ਬਣਾ ਕੇ ਰੱਖ ਲਈ ਸੀਗੀ ਮੋਹਾਲੀ 'ਚ, ਜਿਹੜੀ ਸੀ ਮੋਹਾਲੀ ਜ਼ਿਲ੍ਹੇ ਦੀ ਕਾਂਗਰਸ ਨੂੰ ਵੀ ਆਪਣੀ ਜਗੀਰ ਸਮਝਦੇ ਸੀਗੇ, ਇਹ ਆਲੇ ਦੁਆਲੇ ਵੀ ਲੀਡਰਾਂ ਨੂੰ ਜ ਇੰਟਰਫੇਅਰ ਕਰਦੇ ਸੀਗੇ, ਅਤੇ ਜੇ ਕੋਈ ਅਹੁਦਾ ਹੁੰਦਾ ਸੀ ਇਹਨਾਂ ਨੂੰ ਇਹ ਲੱਗਦਾ ਸੀ ਕਿ ਮੇਰੇ ਹੀ ਪਰਿਵਾਰ 'ਚ ਆਵੇ। ਠੀਕ ਆ, ਨਮਸਕਾਰ, ਸੁਪਰ ਨਿਊਜ਼ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਰਿਤਿਸ਼ ਕੁਮਾਰ ਚੈਨਲ ਸਵਾਗਤ ਕਰਦਾ ਹਾਂ। ਆਪਾਂ ਗੱਲ ਕਰੀਏ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਨੇ ਇੱਕ ਨਵਾਂ ਇਤਿਹਾਸ ਰਚਿਆ ਹੈਗਾ, 92 ਸੀਟਾਂ ਕਰੀਬ 117 ਦੇ ਵਿੱਚੋਂ 92 ਸੀਟਾਂ ਉੱਤੇ ਜਿੱਤ ਪ੍ਰਾਪਤ ਕੀਤੀ ਹੈ। ਗੱਲ ਕਰੀਏ ਹੁਣ ਮੋਹਾਲੀ ਦੀ, ਮੋਹਾਲੀ ਦੇ ਵਿੱਚ ਤਿੰਨ ਟੈਨਿਓਰ ਤੋਂ ਲਗਾਤਾਰ 15 ਸਾਲਾਂ ਤੋਂ ਜਿੱਤਦੇ ਆ ਰਹੇ ਬਲਬੀਰ ਸਿੰਘ ਸਿੱਧੂ ਜੀ ਇੱਥੋਂ ਹਾਰ ਚੁੱਕੇ ਨੇ ਕੁਲਵੰਤ ਸਿੰਘ ਜੀ ਦੇ ਕੋਲੋਂ। ਸਾਡੇ ਨਾਲ ਪੰਜਾਬ ਯੂਥ ਕਾਂਗਰਸ ਦੇ ਆਫਿਸ ਇੰਚਾਰਜ ਮਨਜੋਤ ਜੀ ਨਾਲ ਸਾਡੇ ਬੈਠੇ ਨੇ, ਆਪਾਂ ਉਹਨਾਂ ਤੋਂ ਜਾਣਾਂਗੇ ਕਿ ਕੀ ਕਾਰਨ ਰਹੇ ਕਾਂਗਰਸ ਦੀ ਇੰਨੇ ਵੱਡੇ ਟੈਨਿਓਰ ਤੋਂ ਬਾਅਦ ਹਾਰ ਦੇ, ਅਤੇ ਉਹ ਕੀ ਸੋਚਦੇ ਨੇ ਕਿ ਕੌਣ ਇਸ ਚੀਜ਼ ਦਾ ਜ਼ਿੰਮੇਵਾਰ ਹੈ। ਮਨਜੋਤ ਜੀ, ਪਹਿਲੇ ਤਾਂ ਤੁਹਾਡੇ ਸਾਡਾ ਚੈਨਲ ਸਵਾਗਤ ਹੈ ਸਰ। ਬਹੁਤ ਬਹੁਤ ਧੰਨਵਾਦ ਤੁਹਾਡਾ ਅੱਜ ਇੱਥੇ ਆਉਣ 'ਤੇ ਗੱਲਬਾਤ ਕਰਨ ਦੇ ਉੱਤੇ। ਮਨਜੋਤ ਜੀ, ਇੱਕ ਤੁਸੀਂ ਇਹਨੂੰ ਤਾਂ ਅਸੈਪਟ ਕਰੋਗੇ, ਇੱਕ ਬੜੀ ਵੱਡੀ ਸੁਨਾਮੀ ਆਈ ਹੈਗੀ ਹੈ ਆਮ ਆਦਮੀ ਪਾਰਟੀ ਦੀ। ਆਪਾਂ ਗੱਲ ਕਰੀਏ ਪੰਜਾਬ ਪੱਧਰ ਦੇ ਉੱਤੇ, ਕੀ ਕਾਰਨ ਰਹੇ ਕਾਂਗਰਸ ਪਾਰਟੀ ਦੇ ਵਿੱਚ ਕੀ ਕਮੀਆਂ ਸੀਗੀਆਂ ਕਿ ਜਿਹੜੀ ਬੜੀ ਵੱਡੀ ਹਾਰ ਦਾ ਸਾਹਮਣਾ ਕਰਨਾ ਪਿਆ? ਦੇਖੋ, ਕਾਂਗਰਸ ਪਾਰਟੀ 'ਚ ਕੋਈ ਕਮੀਆਂ ਨਹੀਂ ਸੀਗੀਆਂ, ਜਿਹੜੇ ਕੁਛ ਲੀਡਰ ਸੀਗੇ ਉਹਨਾਂ ਦੀ ਕਮੀਆਂ ਸੀਗੀਆਂ, ਉਹਨਾਂ ਦੀ ਕਮੀਆਂ ਕਰਕੇ ਜਿਹੜੇ ਸਰਕਾਰ ਦਾ 4-5 ਸਾਲ ਨਿਗਮ ਆਉਂਦੇ ਰਹੇ ਉਸ ਕਰਕੇ ਲੋਕਾਂ ਨੇ ਉਹਨਾਂ ਦੇ ਵਿਰੁੱਧ ਫਤਵਾ ਦਿੱਤਾ ਹੈਗਾ। ਕਾਂਗਰਸ ਦੀ ਸੋਚ ਜਿਹੜੀ ਹੈਗੀ ਆ ਉਹ ਦੇਸ਼ 'ਚ ਅੱਜ ਵੀ ਲੋਕਾਂ ਨੂੰ ਪਤਾ ਕਿ ਬੀਜੇਪੀ ਦੇ ਖਿਲਾਫ਼ ਜੇ ਦੇਸ਼ 'ਚ ਕੋਈ ਲੜਾਈ ਲੜ ਸਕਦਾ ਉਹ ਤਾਂ ਕਾਂਗਰਸ ਪਾਰਟੀ ਲੜ ਸਕਦੀ ਹੈਗੀ ਹੈ, ਅਤੇ ਇਹ ਬਿਲਕੁਲ ਗਲਤ ਹੈਗਾ। ਕਾਂਗਰਸ ਪਾਰਟੀ ਦਾ ਵਰਕਰ ਮਿਹਨਤੀ ਜੁਝਾਰੂ ਹੈਗਾ ਅਤੇ ਦੁਬਾਰਾ ਲੜਾਈ ਲੜੂਗਾ ਅਤੇ ਸਰਕਾਰ ਬਣਾਵਾਂਗੇ ਦੁਬਾਰਾ। ਸਰ, ਬਲਬੀਰ ਸਿੰਘ ਸਿੱਧੂ ਜੀ ਗੱਲ ਕਰੀਏ, 15 ਸਾਲ ਹੋ ਗਏ, 3 ਟੈਨਿਓਰ ਤੋਂ ਲਗਾਤਾਰ ਜਿੱਤੇ ਨੇ, ਤੁਸੀਂ ਉਹਨਾਂ ਦੇ ਨਾਲ ਰਹੇ ਉੱਥੇ ਮੋਹਾਲੀ ਦੇ ਵਿੱਚ ਹੀ ਹੁੰਦੇ ਹੋ, ਤੁਸੀਂ ਉਹਨਾਂ ਦੇ ਨਾਲ ਕੰਮ ਕੀਤਾ, ਕੀ ਕਾਰਨ ਰਹੇ ਕਿ ਬਲਬੀਰ ਸਿੰਘ ਸਿੱਧੂ ਜੀ ਇੱਕ ਸੀਟ ਹਾਰ ਚੁੱਕੇ ਨੇ, ਕਿਉਂਕਿ ਕਾਫੀ ਜਗ੍ਹਾ 'ਤੇ ਹੋਰ ਤਾਂ ਕਾਂਗਰਸ ਜਿੱਤੀ ਹੈ, 17 ਸੀਟਾਂ ਆਈਆਂ ਨੇ ਆਲਮੋਸਟ, ਇੱਥੇ ਹਾਰ ਦਾ ਕਾਰਨ ਕੀ ਰਿਹਾ ਬਲਬੀਰ ਸਿੰਘ ਸਿੱਧੂ ਜੀ ਦਾ? ਦੇਖੋ, ਜਿਹੜਾ ਹਾਰ ਦਾ ਕਾਰਨ, ਦੇਖੋ ਕੋਈ ਵੀ ਹੁੰਦਾ, ਜਦੋਂ ਜਿੱਤ ਦਾ ਕਾਰਨ ਲੀਡਰ ਕਹਿੰਦੇ ਨੇ ਕਿ ਵੀ ਮੈਂ ਹੈਗਾ, ਤਾਂ ਫਿਰ ਅੱਜ ਹਾਰ ਦਾ ਕਾਰਨ ਵੀ ਕਿਤੇ ਨਾ ਕਿਤੇ ਬਲਬੀਰ ਸਿੱਧੂ ਵੀ ਹੋਣਗੇ, ਕਿਤੇ ਕਿਤੇ ਉਹਨਾਂ ਦੀ ਕਮੀ ਵੀ ਹੋਊਗੀ, ਕੁਛ ਲੋਕ ਜਿੱਤੇ ਵੀ ਨੇ, 18 ਲੋਕ ਜਿੱਤੇ ਵੀ ਨੇ, ਠੀਕ ਆ, ਤਾਂ ਇਹ ਜੇ ਇਹਨਾਂ ਨੇ ਅੱਜ ਇੱਕ ਪਾਰਟੀ 'ਤੇ ਸਵਾਲ ਚੱਕਿਆ, ਪਾਰਟੀ ਨੂੰ ਕਿਹਾ ਕਿ ਪਾਰਟੀ ਦੀ ਗਲਤੀਆਂ ਕਰਕੇ, ਪਾਰਟੀ ਦੀ ਗਲਤੀਆਂ ਨਹੀਂ ਹੁੰਦੀਆਂ ਕਦੇ ਵੀ, ਬੰਦੇ ਦੀ ਇੰਡੀਵਿਜੁਅਲ ਜਿਹੜੀ ਗੱਲ ਹੁੰਦੀ ਉਹ ਹੁੰਦੀ ਹੈ, ਆਈਡੀਓਲੋਜੀ ਹੁੰਦੀ ਪਾਰਟੀ ਦੀ, ਪਾਰਟੀ ਦੀ ਆਈਡੀਓਲੋਜੀ ਨੂੰ ਤਾਂ ਅੱਜ ਵੀ ਲੋਕ ਐਕਸੈਪਟ ਕਰਦੇ ਨੇ। ਜੇ ਕੋਈ ਗਲਤ ਕੰਮ ਹੋਏ, ਜੇ ਲੋਕਾਂ ਦੇ ਮਸਲੇ ਹੱਲ ਨਾ ਹੋਏ, ਤਾਂ ਉਹਦੇ ਵਿੱਚ ਇਹਨਾਂ ਦਾ ਵੀ ਤਾਂ ਰੋਲ ਹੋਊਗਾ। ਇਹ ਕੈਬਨਿਟ 'ਚ ਸੀਗੇ, ਕੈਬਨਿਟ 'ਚ ਕੋਈ ਵੀ ਜੋ ਕੋਈ ਇਹ ਕੈਪਟਨ ਸਾਹਿਬ ਦੇ ਖੇਮੇ ਦੇ ਸੀਗੇ ਇਹ, ਅਤੇ ਇਸ ਵੇਲੇ ਇੱਥੇ ਤੁਹਾਨੂੰ ਲੱਗਦਾ ਕਿ ਸ਼ਾਇਦ ਅੰਦਰਲੇ ਮਨ ਸੀਗਾ ਕਿ ਭਾਜਪਾ ਵੱਲ ਨੂੰ ਜਾਣ ਦਾ? ਦੇਖੋ, ਮੈਂ ਤਾਂ ਇਹਨਾਂ ਨੂੰ ਕਿਸੇ ਦੇ ਖੇਮੇ ਦਾ ਨਹੀਂ ਮੰਨਦਾ, ਠੀਕ ਹੈ, ਜਦੋਂ ਕੈਪਟਨ ਸਾਹਿਬ ਦੀ ਪਾਵਰ 'ਚ ਸੀਗੇ ਤਾਂ ਕੈਪਟਨ ਸਾਹਿਬ ਨਾਲ ਸੀਗੇ, ਠੀਕ ਆ, ਜਦੋਂ ਕੈਪਟਨ ਸਾਹਿਬ ਚਲੇ ਗਏ ਤਾਂ ਦੂਜੇ ਪਾਸੇ ਆ ਗਏ, ਠੀਕ ਹੈ, ਟਿਕਟਾਂ ਦੇ ਲਈ। ਅੱਜ ਇਹ ਹਾਰ ਗਏ ਤਾਂ ਪਾਰਟੀ ਨੂੰ ਕਹਿਣ ਲੱਗ ਗਏ, ਦੱਸੋ ਫਿਰ ਕਿਹੜੇ ਕੇਮੇ ਦੇ ਹੋਏ ਇਹ? ਮਤਲਬ ਕਿ ਲੱਗਦਾ ਕੀ ਆ ਫਿਰ ਇਹ ਸ਼ਾਇਦ ਆਮ ਆਦਮੀ ਪਾਰਟੀ 'ਚ ਵੀ ਚਲੇ ਜਾਣ? ਦੇਖੋ, ਕਿਤੇ ਵੀ ਦੇਖੋ ਇਹਨਾਂ ਬਾਰੇ ਗੱਲ ਕਰਨਾ ਬੇਕਾਰ ਹੈਗਾ। ਮੈਂ ਤਾਂ ਗੱਲ ਕਰਨਾ ਵੀ ਜਿਹੜੇ ਲੋਕ ਹਾਰ ਗਏ ਉਹਨਾਂ ਨੂੰ ਮੈਂ ਨਸੀਹਤ ਦਊਂਗਾ ਕਿ ਵੀ ਤੁਸੀਂ ਸੁਜੈਸ਼ਨ ਨਾ ਦਿਓ, ਤੁਸੀਂ ਸਭ ਤੋਂ ਪਹਿਲਾਂ ਆਪਣੀ ਹਾਰ ਮੰਨੋ ਕਿ ਵੀ ਸਾਡੇ ਕਾਰਨਾਂ ਕਰਕੇ ਹਾਰ ਹੋਈ ਹੈ, ਪਾਰਟੀ ਜਾਂ ਕਿਸੇ ਹੋਰ ਕਰਕੇ ਨਹੀਂ, ਭਾਅ ਹੋਰ ਬੰਦੇ ਦਾ ਹੋਰ ਰੋਲ ਹੈਗਾ, ਖੁਦ ਨੂੰ ਤਰਾਸ਼ਣ ਦੀ ਜ਼ਰੂਰਤ ਹੈਗੀ ਹੈ ਵੀ ਅਸੀਂ ਕਿੱਥੇ ਕਮੀਆਂ ਕੀਤੀਆਂ, ਕਿੱਥੇ ਅਸੀਂ ਲੋਕਾਂ ਨਾਲ ਧੱਕੇ ਕੀਤੇ, ਕਿੱਥੇ ਅਸੀਂ ਕਿਸੇ ਨੌਜਵਾਨ ਮੁੰਡੇ ਦਾ ਜਿਹੜਾ ਬਣਦਾ ਮਾਣ ਸਤਿਕਾਰ ਸੀ ਕੱਟ ਕੇ ਆਪਣੇ ਮੁੰਡੇ ਨੂੰ ਦਿੱਤਾ? ਉਹ ਕਮੀਆਂ 'ਤੇ ਵੀ ਤਾਂ ਗੱਲ ਹੋਣੀ ਚਾਹੀਦੀ, ਉਹ ਗੱਲਾਂ ਵੀ ਤਾਂ ਲੋਕਾਂ 'ਚ ਹੋਣੀਆਂ ਚਾਹੀਦੀਆਂ, ਡਿਸਕਸ ਕਰਨੀ ਜੇ ਉਹਨਾਂ ਨੂੰ ਐਕਸੈਪਟ ਕਰ ਲੈਣ, ਕੀ ਗੱਲ ਸ਼ਾਇਦ ਲੋਕ ਮਾਫ਼ ਕਰ ਦੇਣ ਦੁਬਾਰਾ। ਸਰ, ਬੜਾ ਭੂ ਮਾਫੀਆ ਦੇ ਇਲਜ਼ਾਮ ਲੱਗਦੇ ਰਹੇ ਨੇ ਬਲਬੀਰ ਸਿੰਘ ਸਿੱਧੂ ਦੇ ਉੱਤੇ, ਲਿਕਰ ਮਾਫੀਆ ਲੱਗਦੇ ਰਹੇ ਨੇ, ਜੀਤੀ ਜੀ ਮੇਅਰ ਹੈਗੇ ਨੇ, ਗਊਸ਼ਾਲਾ ਦਾ ਬਹੁਤ ਵੱਡਾ ਮਸਲਾ ਚੱਲਿਆ, ਇਹ ਲੱਗਦਾ ਇਹ ਵੀ ਇੰਪੈਕਟ ਰਿਹਾ ਕਾਂਗਰਸ? ਦੇਖੋ, ਮੋਹਾਲੀ ਦੀ ਇਲੈਕਸ਼ਨ ਦਾ ਮੁੱਦੇ ਹੀ ਇਹ ਬਣ ਗਏ ਸੀਗੇ, ਸਾਰੇ ਦੋਨੋਂ ਉਹ ਇਹਨਾਂ 'ਤੇ ਇਲਜ਼ਾਮ ਲਾਉਂਦੇ ਸੀ ਦੂਜੀ ਪਾਰਟੀ ਵਾਲੇ ਇਸ ਚੀਜ਼ ਦੇ, ਅਤੇ ਇਹ ਉਸਦਾ ਸਪਸ਼ਟੀਕਰਨ ਦੇ ਰਹੇ ਸੀਗੇ ਵਾਰ ਵਾਰ। ਲੋਕਾਂ ਨੇ ਵੋਟਾਂ ਫਤਵਾ ਇਹਨਾਂ ਤੋਂ ਖਿਲਾਫ਼ ਦਿੱਤਾ, ਇਸ ਧਰਤੀ ਦੇ ਉੱਤੇ ਲੋਕ ਹੀ ਸਭ ਤੋਂ ਵੱਡੀ ਕਚਹਿਰੀ ਨੇ, ਜੋ ਉਹਨਾਂ ਨੇ ਫੈਸਲਾ ਕਰ ਦਿੱਤਾ ਤਾਂ ਮੈਨੂੰ ਲੱਗਦਾ ਕਿ ਸਪਸ਼ਟੀਕਰਨ ਕੀ ਦਿੱਤਾ ਗਿਆ, ਸਾਡੀ ਨਜ਼ਰ 'ਚ ਆਇਆ ਨਹੀਂ ਸਪਸ਼ਟੀਕਰਨ ਕੋਈ। ਅੱਜ ਇੱਕ ਮੈਂ HT 'ਚ ਇਹਨਾਂ ਦਾ ਬਿਆਨ ਪੜਿਆ, ਇਹਨਾਂ ਨੇ ਕਿਹਾ ਕਿ ਵੀ ਕਾਂਗਰਸ ਪਾਰਟੀ ਦੀ ਗਲਤੀਆਂ ਕਰਕੇ ਮੈਂ VSC ਲੱਗਾ। ਇਹਦੇ ਕਾਂਗਰਸ ਪਾਰਟੀ ਦਾ ਕਿਹਾ, ਜਿਹੜਾ ਉਹਨਾਂ ਨੇ ਕਿਹਾ ਕਿ ਜਿਹੜਾ ਭੂ ਮਾਫੀ ਦਾ ਇਲਜ਼ਾਮ ਲੱਗੇ ਉੱਤੇ ਕੋਈ ਸਪਸ਼ਟੀਕਰਨ ਕਦੀ ਵੀ ਨਹੀਂ ਦਿੱਤਾ।
नहीं इलेक्शन के दरम्यान देंदे रहे ना, इलेक्शन के दरम्यान देंदे रहे कि मैं जो है गौशाला बनाई हैगी है, मैं गऊं वास्ते बनाई है, वो अपने अपने हिसाब से स्पष्टीकरण देंदे रहे पंचायती दे तो जो इल्जाम विरोधी से उन्होंने इल्जाम लाते रहे, तो यदा मतलब लोगों ने जो विरोधियों के इल्जाम ने उन्होंने सही फतवा दे दिता इस चीज़ को लेके। ठीक है सर, विकास के उत्ते बड़ा इन्होंने गल की बलबीर सिंह सिद्धू ने कि विकास बहुत किया, आप कलोनिया भी गए हैं, आप पूरा ग्राउंड रिपोर्ट दी है कि हर बंदा रो रहा है कि कितने गंदा नाली की प्रॉब्लम है, कितने पानी खड़िया, कितने बहुत इदा कलोनिया दे जिते सेफ्टी की महिलाओं की बहुत प्रॉब्लम है। ब्रदर मैनू तो बस एक गल पता भी जी सड़क हैगी अपने जो हैगी सर चार साल एवं ही रही, ठीक है सेंटर पार्ट से हल नहीं करवा सके, बलौंगी तो लैके ठीक है। हाँ एक किड्डी वड्डी गल सी, एक कैबिनेट मंत्री वास्ते पांच साल सड़क का मसला है, उन्होंने थोड़े थोड़े पैचिस कर लेंगे की जरूरत सी सारी इकट्ठा करके एकदम डिस्ट्रॉय कर, ठीक है मतलब यह जी चीज़ा सगिया इन मुद्दा तो सरकार इन्होंने जो विकास का मुद्दा लेके गए थे तो लोगों ने फिर उही फतवा देखो जे अज मैं किसी कोई इलेक्शन हारांगा तो मैं इस चीज़ का यह गल ना कि लोगों ने मैंने नहीं सुनिया, मेरी गल नहीं मनी, मेरी गल झूठ समझ है तो जी इन्हों वोट पाई है वह जी कांग्रेस पार्टी का वर्कर से जो उन्हें सिर्फ इन्हों वोट पाई हैगी है। ते किसी हद तक सर तुसी यूथ दे आइकन है, यूथ दे लीडर है, यूथ वालों भी कमी रही है कुछ इदा लगता है कि सिद्धू साहब ने अगे नहीं आन दिता। देखो सिद्धू साहब ने तुसी आप जी प्राइवेट लिमिटेड बना के रख ली सी मोहाली जी सही मोहाली जिले की कांग्रेस में भी अपनी जागीर समझते सके, आले दुआले भी लीडर इंटरफेयर करते सके, तो जो कोई अहदा हों इन्हों लगता कि मेरे ही परिवार चाहे, ठीक है तो उस चीज़ का मतलब खामियाजा इन्हों भुगतना पिया है, तो क्यों नहीं मानते हैं कि जो जितने कहें बलबीर सिद्धू ने इन कहते बलबीर सिद्धू ने तीन बारी रामूवालिया साहब को हराता, ढींडसा साहब को हराता, कैप्टन कमलजीत बड़ा ठोक ठोक के कहें रहे भाषण च भी, अच्छ क्यों नहीं कहते कि बलबीर सिद्धू में भी किसी ने हराता, की माड़ी गल है यार खुद भी नहीं हले एक्सैप्ट कर रहे। हाँ वही मैं कहना खुद एक्सैप्ट कर लैन इस चीज़ को कि हाँ सू हराता। तो आप गल करिए पंजाब पद्धत के उत्ते ऑलमोस्ट 17-18 सीटा आई है ने, ते एक नवजोत सिंह सिद्धू जी तो चन्नी साहब अपनी सीट तो हार गए ने, बड़ी वड्डी ये गल है कि देख रहे हो सर तुसी? देखो बिल्कुल कांग्रेस पार्टी के जेडे कुछ लीडर सीगे कैप्टन साहब न शायद बदलन कांग्रेस पार्टी लेट हो गई, उस कैबिनेट मंत्री सारे आए ने, मतलब कितना कितने कांग्रेस पार्टी की लीडरशिप कमियां सी तां हारे, तो पर अज कोई बंदा इस गल नूं मन्नण नूं तैयार नहीं भी साडी कमियां करके हार गए, ठीक है कोई किसी ते कह रहा कोई किसी ते कह रहा नहीं, तुहाडे कहण दा मतलब कि पार्टी नूं ना जिम्मेवार को खुद नूं जिम्मेवार। हाँ खुद नूं जिम्मेवार, जदों आपां जित नूं भी आपां कहिंदे कि मैं जित दा जिम्मेवार हैगा तां हार दा जिम्मेवार भी मान लेना चाहिए, लोगों च एक्सैप्ट कर लेना चाहिए कांग्रेस पार्टी नूं भी। हाँ तां ही जदों आपां किसी चीज़ नूं एक्सैप्ट करते हाँ भी हाँ असी साडे तों गलतियां हो गईआं तां ही उहनूं आपां ठीक कर सकदे, जदों आपां मन्नांगे ही नहीं अज्ज कि भी असी कोई गलत काम कीता तां ठीक करन दा की मतलब हैगा। ठीक है तो सर एक यूथ जिहड़ा हैगा इस वेले बड़ा मायूस है कि मेहनत बहुत की है यूथ जिहड़े ग्राउंड पद्धर ते काम कर रहे ने, उहनां नूं की संदेश देना चाहोगे इस वेले बड़े टुटे पए ने लोग? देखो मैं तां इही संदेश देना कि कोई निराश होण दी लोड़ नहीं, कोई डरन दी लोड़ नहीं हैगी, जिहड़ी 2024 च बीजेपी दी सरकार नूं जे कोई हिला सकदा तां कांग्रेस पार्टी हिला सकदी है, जिस तरीके दे नाल पंजाब दे लोकां ने एक बदल लिता लियाया है, कांग्रेस पार्टी का वर्कर भी इन्हां लीडरां का बदल लेके आऊगा कांग्रेस पार्टी ते नवी कांग्रेस पार्टी बनू। तो सर जिहड़े 2024 दे आने वाले इलैक्शन आ किस तरह की तैयारियां हुण तो शुरू करनियां पैणगियां, तुहानू किस तरह तैयारियां कर रहे हो? बिल्कुल सब तो पहला मीटिंगां होणगियां, मंथन होगा, वजह देखी जाऊगी कि कित्थे कमियां रह गईयां ते फिर उन्हां नूं सुधार के लोकां च जाना पऊगा। जरूर अज तुसी चैनल दे उत्ते कह रहे हो बलबीर सिंह सिद्धू दे बारे कि वो खुद नूं उतराशन एक बार जे कल नूं हाईकमान नूं कहना पवे तो ओपनली कहोगे तुसी डट के बिना डरे? जदों मैं थोड़े चैनल ते कह रहा यह हाईकमांड कई बार सामने सामने बैठ के नहीं ना बंदा गल जरूर कहांगे, जिथे होगा जे सानूं पुछा जाऊगा कि कारण रहे तां असीं ठोक के कहांगे कि लीडरशिप ने वर्कर की डिसरिस्पैक्ट की, परिवारां नूं वादा किया, यूथ नूं इगनोर किया। सर आम आदमी पार्टी 16 नूं भगवंत मान जी सीएम दी सहुं खाणगे, की लगता है उतरेंगे खरे तुहाडे हिसाब नाल उतरेंगे खरे लोकां दी उम्मीदां? देखो अज जे कोई बंदा जित गया हैगा तो आपां नूं उहनूं वधाई देनी चाहीदी है, तो आस करनी चाहीदी है कि जिहड़े वादे उन्होंने किए ने जिस तरीके के प्रशासन के वादे उन्होंने किए ने उन्होंने पूरा करन, नहीं तो पंजाब के लोग उन्होंने भी बदल देंगे। सो इस संग साडे नाल यूथ दे लीडर ने मनजोत जी जिन्हां ने कहा है कि पार्टी नूं इल्जाम देने तो पहले अपना अंदर तुसी देखो, कहिंदे ना कि
किसी नूं गल करन लगे अपनी पीढ़ी थले सोटा फेरो उह गल मनजोत जी कहना चाहते हैं। उम्मीद करते हैं कि आने वाले इलैक्शन दे विच कांग्रेस एक वधिया भूमिका निभाएगी। कैमरामैन राज थापर नाल रितिश कुमार मोहाली।